अच्छा राय साहब, जो लड़ाई करा लगते ने जानवर ते जानवर बड़ा जोर लाते ने कि सानू छड़ दो असी लड़ना जाके। मैं एक दो लोगों को ऐसे जानवर देखे ने कि जेडे जानवर नू बगैर संगल तो बगैर रस्से तो लैके जा रहे होंगे ने और जानवर मालक के नाल जा रहा होंगे जो तक मालक थापी नहीं देंदा कुत्ता लड़ाई नहीं लड़ता ते ऐ कीवें सिखांदे ने जानवर उसका नाम पटोला जी, इसका नाम ढिल्लू। ये जी नादरी नीले ढिल्लू है जी, इनका डॉग। एक का नाम धमाका, एक का नाम धमाका है जी, एक का नाम टाइगर, एक का नाम पप्पू, एक का नाम शेरू। ये जी तमाम डॉग जो है वो राय साहब फाइट के लिए तैयार करवा रहे हैं, मेरे हमारे पास है। अच्छा राय साहब, इनना ते कान जेड़े ने वो किन्नी घुमा के करते हो? तो मैंने ऐसे काट देते से, मैं आज ही कटता हूं। यानी कि कटे हुए कान? कटे हुए कान। एक कान राय साहब बिल्कुल बारीक काट देते ने, छोटे काट देते हैं। तजुर्बा होता है अपना अपना, सानू तजुर्बा है ज्यादा हिसाब ना कटने। अच्छा, यानी कि लड़ाई दे विच ए कान ए कान करना जरूरी है, इस तरह लंबे कट करने। ठीक है, अगर ए कान मतलब कि लड़ाई दे दौरान ते कुत्ता पकड़ सकता है? नहीं पकड़ेगा, छोटा कान तो पकड़ेगा नहीं, पकड़ेगा सही, पकड़ेगा तो पावर वो चढ़ा लेगा। सही सही सही, ना पकड़ा दे सी ना ये कांदे और थले ननवान लगी है, पानी नहीं पवेगा। सही बिल्कुल, और उसपे पानी नहीं पवेगा। सही गल है भाई, है के कान जाट बंदे मुड्डू काट देंदे सी। सही हुण चलने ओ पैड़े लगदे सी, ओना खूबसूरती भी नाल। अच्छा राय साहब, सोने मिलदा पाकिस्तानी बुल्ली दा बच्चा किन्नी कीमत विच पाकिस्तान विच मिल जांदा है? अच्छी नस्ल दा भाई चंगा ता बड़े पैसे न चंगा। फिर अंदाजन साडे व्यूअर्स नु तुसी दसना चाहोगे कि किन्ने दा बच्चा पाकिस्तानी बुल्ली दा मिल जांदा है? ਚੰਗਾ ਦਿੰਦਾ ਹੀ ਕੋਈ ਬਾਈ। ਸਹੀ ਤੇ ਚੰਗੇ ਤੇ ਚੰਗੇ ਪੈਸੇ ਤੇ ਮਾੜੇ ਦੇ ਮਾੜੇ ਪੈਸੇ। ਠੀਕ ਹੈ, ਅਕਸਰ ਲੋਕ ਜਿਹੜੇ ਰਾਏ ਸਾਹਿਬ ਬਰੀਡਿੰਗ ਕਰਵਾਉਂਦੇ ਨੇ ਬੱਚੇ ਸਿਰਫ ਬੱਚੇ ਹੀ ਵੇਚਦੇ ਨੇ, ਬੱਚੇ ਬਾਜੇ ਵੇਚਦੇ ਬੰਦੇ ਤੇ ਕਿੰਨੇ ਦਾ ਨਾਰਮਲ ਬੱਚਾ ਵੈਸੇ ਮਿਲ ਕਿੰਨੇ ਤੱਕ ਜਾਂਦਾ ਹੈ? ਆਪਾਂ ਤਾਂ ਲਿਆ ਕਦੀ ਨਹੀਂ ਹੁੰਦੇ ਨੂੰ ਕੂੜ ਮਾਰੀ ਪੈਣੀ। ਸਹੀ, ਲੇਕਿਨ ਅੰਦਾਜ਼ਾ ਹੋਏਗਾ ਨਾ? ਅੰਦਾਜ਼ਾ ਹੁਣ ਜਿਹੜਾ ਹੈ ਬੰਦੇ ਨੂੰ ਨਹੀਂ ਤਜਰਬਾ, ਉਹ ਲੱਖ ਸਵੇ ਦੇ ਵੀ ਲੱਭ ਜਾਂਦਾ। ਸਹੀ, ਇਹਨਾਂ ਦਾ ਸਵਾਲ ਗੁੱਲਰ ਲੱਭ ਜਾਂਦਾ ਹੈਗਾ ਜਿਨ ਤਜਰਬਾ ਨਹੀਂ। ਸਹੀ, ਜਿਹੜਾ ਚੰਗਾ ਗੁੱਲਰ ਹੀ ਹੋ ਜਾ ਕੌਣ ਦਿੰਦਾ ਇਹ? ਕਿੰਨੀ ਕਹਿੰਦੀ ਉਮਰ ਹੋ ਗਈ? ਇਹ 8 ਮਹੀਨੇ ਦਾ ਹੋ ਗਿਆ, 8 ਮਹੀਨੇ ਦਾ ਬੱਚਾ ਹੋ ਗਿਆ ਜੀ। ਯਾਨੀ ਕਿ ਇਹਨੂੰ ਤੁਸੀਂ ਹੁਣ ਤਪਣੀਆਂ ਤੇ ਸ਼ੁਰੂ ਕਰਾ ਦੇਣਾ, 1 ਸਾਲ ਦਾ ਹੋ ਗਿਆ। ਸਾਲ ਦਾ ਯਾ ਹੋਇਆ ਤਾਂ ਤਪਾਵਾਂਗੇ ਇਨਸ਼ਾਅੱਲਾ। ਠੀਕ ਹੋ ਗਿਆ ਜੀ, ਤਪਦੇ ਹਨ ਤਪਾਈਏ ਤਾਂ ਸੀ ਅਲੀ ਆਪ ਹੀ ਤਪਾ। ਅਗਰ ਕੋਈ ਵੀਵਰ ਸਾਡਾ, ਕੋਈ ਦੇਖਣ ਵਾਲਾ ਸਾਡਾ, ਕੋਈ ਇੰਡੀਆ ਤੋਂ, ਕੋਈ ਪਾਕਿਸਤਾਨ ਤੋਂ ਸਾਡਾ ਸ਼ੁਕੀਨ ਭਰਾ ਕੋਈ ਡੌਗ ਲੈਣਾ ਚਾਹੁੰਦਾ ਹੋਵੇ ਜਾਂ ਕੋਈ ਬੱਚਾ ਲੈਣਾ ਚਾਹੁੰਦਾ ਹੋਵੇ, ਆਪਾਂ ਤੁਹਾਡੇ ਨਾਲ ਰابطਾ ਕਰੇ, ਕਿਸੇ ਸ਼ਿਕਾਰੀ ਬੇਲੀ ਕੋਲ ਲੈ ਲੈ ਕੇ ਦੇ ਦੇ ਸਾ ਅਗੂ, ਆਪਾਂ ਆਦੇ ਨਹੀਂ ਦੇਣੇ, ਆਪਣੇ ਨਹੀਂ ਦੇਣੇ, ਆਪਣੇ ਨਹੀਂ ਦੇਣੇ। ਯਾਨੀ ਕਿ ਆ ਬਲੱਡ ਲਾਈਨ ਰਾਏ ਸਾਹਿਬ ਇਹ ਨਹੀਂ ਦੇਵਾਂਗੇ, ਡਿਸਟ੍ਰਿਬਿਊਟ ਤੇ ਹੋਰ ਕੋਈ ਬੇਲੀ ਦੋਸਤ ਕਿਸੇ ਕੋਲ ਲੈ ਕੇ ਦੇ ਦੇਵਾਂਗੇ। ਯਾਨੀ ਕਿ ਜਿੰਨੀ ਬਰੀਡ ਹੁੰਦੀ ਹੈ ਰਾਏ ਸਾਹਿਬ ਤੁਸੀਂ ਖੁਦ ਹੀ ਪਾਲਦੇ ਹੋ, ਖੁਦ ਹੀ ਉਸਨੂੰ ਪਿਆਰ ਕਰਦੇ ਹੋ? ਠੀਕ ਹੋ ਗਿਆ। ਅੱਛਾ ਰਾਏ ਸਾਹਿਬ, ਇਸ ਦੀ ਗਰਮੀ ਦਾ ਮੌਸਮ ਦੇ ਵਿੱਚ ਕਿਵੇਂ ਆ ਰਹਿੰਦੇ ਨੇ? ਗਰਮੀ 'ਚ ਬਰਦਾਸ਼ਤ ਕਰ ਜਾਂਦੇ? ਗਰਮੀ ਵਿੱਚ ਤਿਆਦ ਕਰਨੀ ਪੈਂਦੀ ਆ, ਪੱਖਾ ਸ਼ੱਖਾ ਲਾਉਣਾ ਪੈਂਦਾ ਉੱਥੇ। ਸਹੀ, ਉਹਨਾਂ ਜਿਹਾ ਬਰਾਂਡਾ ਹੈਗਾ, ਇੱਥੇ ਪਿੰਜਰ ਰੱਖਦੇ ਸਨ ਤੇ ਪੱਖੇ ਛਾਤਰ ਲਾ ਦੇ ਸਨ, ਗਰਮੀ ਨਿਕਲੇ। ਠੀਕ ਹੋ ਗਿਆ, ਤੇ ਇਹ ਨਾ ਕਰਾਂਗੇ ਤੇ ਫਿਰ ਗਰਮੀ ਤੰਗ ਕਰੇਗੀ। ਜਿਵੇਂ ਗਰਮੀ ਜਿਵੇਂ ਆਪਾਂ ਲੱਗਦੇ ਆ, ਉਵੇਂ ਜਾਨਵਰ ਨੂੰ ਵੀ ਲੱਗਦੀ। ਔਰ ਸਰਦੀ 'ਚ ਰਾਏ ਸਾਹਿਬ ਇਹਨਾਂ ਦਾ ਕੀ? ਸਰਦੀ ਵਿੱਚ ਅੰਦਰ ਕਮਰੇ ਵਿੱਚ ਹੀਟਰ ਲੱਗਾ ਸੀ, ਕਮਰੇ ਵਿੱਚ ਬੰਦ ਸੀ। ਗਰਮੀ ਸਰਦੀ ਦੀ ਖੁਰਾਕ ਦਾ ਵੀ ਕੋਈ ਫਰਕ? ਖੁਰਾਕ ਦਾ ਬੜਾ ਫਰਕ। ਕੀ ਰਾਏ ਸਾਹਿਬ ਗਰਮੀ ਸਰਦੀ 'ਚ ਹੁੰਦਾ? ਜਿਹੜਾ ਸਰਦੀ ਹੈ ਉਹਦੇ ਵਿੱਚ ਗੋਸ਼ਤ ਵੀ ਪਾਈਦਾ। ਸਹੀ, ਦੁੱਧ ਰੋਟੀ ਪਾਈਦੀ ਹੈ, ਮਰਬੇ ਸ਼ਰਬੇ ਵੀ ਦੇਈ ਦੇਣ। ਜਿਹੜੀ ਗਰਮੀ ਹੈ, ਗਰਮੀ ਬਦਾਮ ਪਾਓ, ਦੁੱਧ ਪਾਓ, ਗੋਸ਼ਤ ਵੀ ਥੋੜਾ ਬਹੁਤਾ ਪਾਓ ਤੇ ਸਬਜ਼ੀ ਪਾ ਲਓ। ਠੀਕ ਹੋ ਗਿਆ, ਉਬਾਲ ਕੇ ਸਬਜ਼ੀ, ਉਬਾਲ ਕੇ ਵੀ ਨਾਲ ਸਬਜ਼ੀ ਆਪਾਂ ਵੀ ਪਾਣੇ ਆ, ਸਾਲਨ ਪਕਾਉਣ ਲੱਗੇ ਵੀ ਗੋਸ਼ਤ ਪਾ ਲਓ, ਸਬਜ਼ੀ ਪਾ ਲਓ। ਸਹੀ, ਬਦਾਮ ਬਦੂਮ ਪਾਓ, ਠੰਡੀਆਂ ਚੀਜ਼ਾਂ ਪਾਣੀ ਚਾਹੀਦੀ, ਗਰਮੀ ਠੰਡੀਆਂ ਚੀਜ਼ਾਂ ਤੇ ਸਰਦੀ ਵਿੱਚ ਗਰਮ ਪਾਓ, ਕੋਈ ਰੋਲਾ ਨਹੀਂ। ਅਜਾ ਰਾਏ ਸਾਹਿਬ, ਡੌਗ ਨਾਜ਼ਰੀਨ ਤੁਸੀਂ ਦੇਖ ਰਹੇ ਹੋ, ਇਹ ਬੜਾ ਮਾਸ਼ਾਅੱਲਾ ਖੂਬਸੂਰਤ ਡੌਗ ਹੈਗਾ, ਡੋਗੋ ਅਰਜਨਟੀਨੋ ਟਾਈਪ ਹੈ ਡੌਗ ਲੱਗ ਰਿਹਾ। ਅਰਜਨਟੀਨਾ ਦੀ ਜਿਹੜੀ ਡੌਗ ਬਰੀਡ ਹੈ ਤੁਸੀਂ ਜਾਣਦੇ ਹੋਵੋਗੇ, ਬੜੀ ਵੈਲ ਨੋਨ ਡੌਗ ਬਰੀਡ ਹੈ, ਫਾਈਟਰ ਡੌਗ ਨੇ ਉਹ ਵੀ, ਸ਼ਿਕਾਰੀ ਵੀ ਹੁੰਦੇ ਨੇ। ਅੱਛਾ ਰਾਏ ਸਾਹਿਬ, ਇਹਨਾਂ ਨੂੰ ਸ਼ਿਕਾਰ ਤੇ ਵੀ ਲਾਇਆ ਜਾ ਸਕਦਾ ਹੈ? ਸ਼ਿਕਾਰ ਕਰਦੇ ਹਾਂ ਉੱਥੇ, ਜਦੋਂ ਸੁਬਹ ਛੱਡ ਦਿੰਦੇ ਹਾਂ ਅਸੀਂ। ਸਹੀ, ਉੱਥੇ ਪਹਿਲੀਆਂ ਭੱਜਦੇ ਹਨ, ਦੌੜਦੇ ਹਨ, ਬਹੁਤ ਸ਼ਿਕਾਰ ਕਰਦੇ ਹਨ। ਔਰ ਐਕਸਰਸਾਈਜ਼ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਕੁੱਤੇ? ਐਕਸਰਸਾਈਜ਼ ਤਾਂ ਬੜੀ ਕਰਾਉਣੀ ਪੈਂਦੀ ਹੈ, ਤਿਆਰੀ ਜਦੋਂ ਤਿਆਰੀ ਕੁੱਤਾ ਕਰਾਈਏ ਨਾ, ਉਦੋਂ ਤੋਂ ਜਿੰਨਾ ਆਦਿ ਹਿਸਾਬ ਨਾਲ ਤਿਆਰ ਕਰਨਾ ਪੈਂਦਾ, ਥੱਕੇ ਕੁੱਤਾ ਜਾਂ ਤਜਰ ਸੁਬਹ ਨੂੰ ਭਜਾਉਣਾ ਚਾਹੀਦਾ, ਥੱਕਿਆ ਥੱਕ ਜਾਵੇ, ਇੰਨਾ ਕਿ ਭਜਾਓ ਵਾਲੇ ਕੁੱਤਾ ਉਠਾਓ ਆਦਿ ਮਜੇ ਉੱਠੇ,
इन्ना इन्ना बजाओ जी, बजा बजा के वाले कुदा छिक उठे ना सही, इन्ना भी नहीं बजाना चाहिए, तैयारी पूरी करानी चाहिए चंगी। रासा भी ना भी जो एक कुत्ता होया सी 9 लाख बड़ा मशहूर है गया, इत्थों अपना ही होया सी ते ओ केड़े इलाके जो होया सी अपने कोल होया सी इत्थों। अच्छा हां जी, इत्थों होया सी, इत्थों नाल जो पिंडे। अच्छा 74 विच होया सी जी नाल, कुत्ते जिन्ने चंगे होन अपने इलाके दे होए। सही, ए इलाका ना दे है कुत्ते तो होए जेड़े चंगे होन अपने इलाके दे। ए साडा बेसिकली डिस्ट्रिक्ट पाकपतन है गया और डिवीजन साहिवाल पंजाब लगदा। 9 लाख इत्थों होया, शेरू इत्थों होया, टाइगर इत्थों होया, सारे कुत्ते चंगे चंगे इत्थों होना। यानी कि ऐसे इलाके विचों जी जिन्नी भी अच्छी ब्लड लाइन गई है। मेरा कुत्ता कपटोला गुड़दा वत्या, बहुत चंगा कुत्ता गुड़दा वत्या। सही जी, हां 4-5 मैच वदया गड्या ही नहीं। यानी कि नाल जिन्नी भी अच्छी ब्लड लाइन दे पाकिस्तानी बुली डॉग दा दादा जेड़ा है उस कुत्ता छड़े ही कोई नहीं, को 20-50 मैच गुड़या जेड़ा दादा प्यो है वो 5 मैच भी ना रे। ए किंदे बच्चे ने जी इंदे मालिक डिस्ट्रीब्यूट नहीं करते, खुद ही जिहड़ी ब्रीड लैके इन्हां तैयार करते हैं और इन्हां दी फाइट वगैरह करवाते हैं या राखी ते लगाते हैं। तो बाकी इनफॉर्मेटिव वीडियोज वास्ते साडा चैनल सबसक्राइब करो, लाइक करो और वीडियोज़ में शेयर करो ताकि मजीद शौकीन दोस्तों को वीडियोज़ पहुँच सके और वो भी शौक कर सकन। बाकी इंशाल्लाह मजीद यहो जी वीडियोज़ लैके हाजिर होते रहेंगे। तुहाडा वीडियो देखने का बहुत शुक्रिया। फड़ी लिया आगे बाहर ढिलू आए आ जा ढिलू बंदी भी।